ਹੈਲੋ ਗੁੱਡ ਮਾਰਨਿੰਗ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੋਗ ਸਵੇਰ ਦੇ ਲਗਭਗ 7:30 ਹੋ ਗਏ ਅਤੇ ਚਲੋ ਚਲੀਏ ਬਾਹਰ ਹਰਜੋਤ ਸਿੰਘ ਚਲਾ ਗਿਆ ਉਹਦੀ ਉਂਗਲ ਦੁਖਦੀ ਸੀਗੀ ਟੂ ਟਾਪ ਲਾ ਕੇ ਭੇਜਿਆ ਆ ਚਲੋ ਚੱਲਦੇ ਆਪਾਂ ਬਾਹਰ ਚਲੋ ਜੀ ਬੱਚੇ ਛੱਡ ਕੇ ਆ ਗਿਆ ਤਾਂ ਮੈਂ ਰੋਟੀ ਪਾਣੀ ਲੱਗਿਆ ਖਾਣ ਲਗਭਗ ਰੋਟੀ ਪਾਣੀ ਜਿਹੜਾ ਆ ਉਹ ਮੈਮ ਲੈ ਆ ਬਸ ਖਾਂਦੇ ਹਾਂ ਖਾ ਕੇ ਫਿਰ ਮੈਂ ਜਾਣਾ ਹਨੂੰਮਾਨਗੜ੍ਹ ਇੱਕ ਨਕਸ਼ਾ ਜਿਹਾ ਬਣਵਾ ਕੇ ਲਿਆਉਣਾ ਸਕੂਲ ਦਾ ਉਸ ਵਾਸਤੇ ਜਾਣਾ ਆ ਤਾਂ ਲਓ ਜੀ ਰੋਟੀ ਪਾਣੀ ਛੱਕ ਲਿਆ ਅਤੇ ਆਪਾਂ ਹੁਣ ਨਿਕਲਣ ਲੱਗੇ ਹਾਂ ਚੱਲੇ ਆਪਣੇ ਧਨੋਂ ਲੈ ਕੇ ਹਨੂੰਮਾਨਗੜ੍ਹ ਟਾਈਮ ਜਿਹੜਾ ਲਗਭਗ 4:45 ਹੋ ਗਏ ਆ 4:45 ਨਹੀਂ 3:45 ਹੋ ਗਏ ਆ ਅਤੇ ਸਕੂਲ ਵੈਨ ਅੰਦਰ ਖੜ੍ਹੀ ਕਰਤੀ ਗੱਡੀ ਮੈਂ ਕੱਢ ਲਈ ਪਹਿਲਾਂ ਹੀ ਬਾਹਰ ਉਹ ਖੜ੍ਹੀ ਆਪਣੀ ਧਨੋਂ ਪਿੱਛੇ ਚਲੋ ਜੀ ਚਲੀਏ ਮੈਂ ਜੰਕਸ਼ਨ ਪਹੁੰਚ ਗਿਆ ਹਾਂ ਇੱਥੇ ਆਰਕੀਟੈਕਟ ਕੋਲ ਬਣਵਾ ਰਿਹਾ ਹਾਂ ਨਕਸ਼ਾ ਟਾਈਮ ਜਿਹੜਾ ਕਾਫੀ ਹੋ ਗਿਆ ਆ ਹਜੇ ਤਿਆਰ ਹੋ ਹੀ ਜਾਂਦਾ ਆ ਵਾਛੇ ਹੋ ਗਏ ਆ ਅਤੇ ਆਪਾਂ ਹੁਣ ਇੱਥੋਂ ਨਿਕਲਣ ਲੱਗੇ ਹਾਂ ਟਾਈਮ ਹੋ ਗਿਆ ਬਹੁਤ ਜ਼ਿਆਦਾ ਅਤੇ ਚੱਲੀਏ ਫਟਾਫਟ ਸਹੁਰਿਆਂ ਪਿੰਡ ਵੀ ਜਾਣਾ ਆ ਆਪਾਂ ਪਹੁੰਚ ਗਏ ਘਰੇ ਪਰ ਗੱਡੀ 'ਚ ਉਤਰੇ ਨਹੀਂ ਹਜੇ ਮੈਮ ਆ ਰਹੇ ਆ ਜੋਤ ਵੀ ਆ ਰਿਹਾ ਮੈਂ ਗੱਡੀ 'ਚ ਹੀ ਬੈਠਾ ਹਾਂ ਅਤੇ ਹੁਣ ਚੱਲਣਾ ਹੈ ਹਰਜੋਤ ਸਿੰਘ ਦੇ ਮਾਮਿਆਂ ਦੇ ਉਹ ਆ ਗਿਆ ਜੋਤ ਫੋਨ ਜਗਾਈ ਫਿਰਦਾ ਪਤਾ ਨਹੀਂ ਕਿਵੇਂ ਬਹਿ ਜਾ ਪਿੱਛੇ ਤੋਂ ਕੁਛ ਨਹੀਂ ਹੁੰਦਾ ਬਹਿਣ ਦੀ ਮੰਮੀ ਲਾਈਟ ਕਿਉਂ ਜਗਾਈ ਆ ਘੁਮਾ ਕੇ ਰੱਖ ਦਿੰਦੇ ਇਹਨੂੰ ਇੱਥੇ ਸਾਈਡ ਪਿੱਛੇ ਨਾ ਰੱਖ ਉੱਤੇ ਵੱਜੂਗਾ ਘੁਮਾ ਕੇ ਰੱਖ ਦੇਣਾ ਇਹਨੂੰ ਸ਼ੀਸ਼ੇ ਥੱਲੇ ਨੂੰ ਕਰ ਹਾਂ ਇੱਧਰ ਰੱਖ ਇਹਦੇ ਵਿੱਚ ਵਿੱਚ ਪਾ ਦੇ ਇਹਦੇ ਉਹ ਵੀ ਸਮਾਨ ਹੈ ਕੋਈ ਹੈ ਮੰਮਾ ਕੀ ਕਰਦੀ ਹੁਣ ਹਜੇ ਹੋਈ ਨਹੀਂ ਰੈਡੀ ਰੈਡੀ ਤਾਂ ਹੋ ਗਈ ਹੈ ਸਮਾਨ ਸੈੱਟ ਕਰਕੇ ਚਲ ਠੀਕ ਆ ਹਾਂ ਸੋਹਣਾ ਹੁਣ ਤੂੰ 20-25 ਮਿੰਟਾਂ 'ਚ ਮੂਡ ਕਿਵੇਂ ਫਰੈਸ਼ ਆ ਕਿ ਵਿਗੜਿਆ ਹੋਇਆ ਮਾਂ ਦਾ ਮੂਡ ਕਿਵੇਂ ਆ ਫਰੈਸ਼ ਆ ਫਰੈਸ਼ ਆ ਸੌਣ ਜਾਣਾ ਹੈ ਤਾਂ ਹੋਰ ਫਿਰ ਕੀ ਕਰਨਾ ਟਾਈਮ ਤਾਂ ਰੋਟੀ ਹੈਗਾ ਸੌਣ ਦਾ ਹੀ ਆ ਚਲੋ ਠੀਕ ਆ ਓਕੇ ਚਲੀਏ ਲਾਈਟ ਕਰੀਏ ਬੰਦ ਹੁਣ ਕਿਉਂਕਿ
पहुँच गए हरजोत सिंह के मामिया के घर। गेट कैदा खड़का लग्या हो। चल चल चल, बाहर नेरा होया पिया आ।